ਔਰ ਜਿਹਨਾਂ ਦਿੱਤੀ ਆ ਉਹ ਫਿਰ ਨਿਭਾ ਦੇ, ਉਹਨਾਂ ਨੇ ਪਰਵਾਹ ਨਹੀਂ ਕੀਤੀ। ਜੇ ਜਾਨ ਦੇਣ ਦਾ ਮਰਲਾ ਆਇਆ ਹਜ਼ਰਤ ਅਬੂ ਮੂਸਾ ਸ਼ਰੀਰ ਰਜ਼ੀ ਅੱਲਾਹ ਤਾਲਾ ਨੂੰ, ਲਸ਼ਕਰ ਖੜ੍ਹਾ ਹੋ ਗਿਆ, ਸਾਹਬੰਦੀ ਹੋ ਗਈ, ਸਫ਼ਾਂ ਦੇ ਅੱਗੇ ਆ ਗਏ। ਹਜ਼ਰਤ ਅਬਦੁੱਲਾ ਇਬਨ ਕੈਸ ਅਬੂ ਮੂਸਾ ਸ਼ਰੀਰ ਨੇ ਆਖਿਆ, ਲੋਗੋ ਮੈਂ ਅੱਲਾਹ ਦੇ ਰਸੂਲ ਅਲੈਹਿ ਸਲਾਤੁ ਵਸਲਾਮ ਫਦਾ ਹਬੀਬ ਅੰਮੀ ਵਰੂਹੀ, ਉਹਨਾਂ ਕੋਲੋਂ ਸੁਣਿਆ ਕਿ ਅੱਲਾਹ ਦੇ ਰਸੂਲ ਆਖਿਆ ਕਿ ਆਹ ਤਲਵਾਰਾਂ ਜਦੋਂ ਚਮਕਦੀਆਂ ਅਤੇ ਤਲਵਾਰਾਂ ਨਾ ਸਮਝੋ ਇਹਨਾਂ ਥੱਲੇ ਜੰਨਤ ਦੇ ਦਰਵਾਜ਼ੇ, ਇਹ ਜੰਨਤ ਨੂੰ ਦਰਵਾਜ਼ੇ ਜਾ ਰਿਹਾ, ਹੋ ਜਾਓ ਦਾਖਲ, ਦੇ ਦਿਓ ਜਾਨਾ ਜੰਨਤ ਚਲੇ। ਤਾਂ ਇੱਕ ਆਦਮੀ ਸਹੀ ਮੁਸਲਿਮ ਦਾ ਆਉਂਦਾ ਰਸੂਲ ਹੈ, ਬਿਲਕੁਲ ਫਟਾ ਪੁਰਾਣਾ ਮਸਕੀਨ ਆਦਮੀ, ਉਹਨੇ ਆਖਿਆ ਹੈ ਅਬੂ ਮੂਸਾ ਇਹ ਗੱਲ ਅੱਲਾਹ ਦੇ ਰਸੂਲ ਅਲੈਹਿ ਸਲਾਮ ਕੋਲ ਸੁਣੀ ਆ। ਤਾਂ ਹਜ਼ਰਤ ਅਬੂ ਮੂਸਾ ਸ਼ਰੀਰ ਨੇ ਆਪਣੇ ਕੰਨਾਂ 'ਤੇ ਉਂਗਲੀਆਂ ਰੱਖ ਕੇ ਆਖਿਆ ਕਿ ਮੇਰੇ ਆ ਕੰਨ ਬਹਿਰੇ ਹੋ ਜਾਣ ਅਗਰ ਮੈਂ ਗਲਤ ਬਿਆਨ ਨਹੀਂ ਕਰਾਂ, ਮੈਂ ਰਸੂਲ ਫਰਮਾ ਰਿਹਾ ਸੀ ਤਾਂ ਸੁਣਿਆ, ਇਹਨਾਂ ਕੰਨਾਂ ਨਾਲ ਸੁਣਿਆ। ਜਦੋਂ ਉਹਨੇ ਸੁਣਿਆ ਜਾਨ ਅੱਲਾਹ ਦੀ ਸਮਝਦਾ ਸੀ ਕਿ ਕਲਮਾ ਪੜ੍ਹਨ ਤੋਂ ਬਾਅਦ ਮੇਰੀ ਨਹੀਂ, ਉਹਨੇ ਨਹੀਂ ਸੋਚਿਆ ਵੀ ਇਹ ਤਾਂ ਹਲਾਕਤ ਹੈ, ਇਹ ਤਾਂ ਮਰਨ ਦੀ ਗੱਲ ਹੈ। ਸਾਰਿਆਂ ਨੂੰ ਉਹਨੇ ਆਖਿਆ ਸਲਾਮ ਅਲੈਕੁਮ ਰਹਿਮਤੁਲਾ, ਸਲਾਮ ਕੀਤਾ ਕੁਛ ਗਿਆ, ਕਿੰਨਿਆਂ ਨੂੰ ਮਾਰਿਆ ਔਰ ਆਪਣੀ ਜਾਨ ਦਿੱਤੀ, ਸੌਦਾ ਕਰ ਚੁੱਕਾ ਕਿ ਜਾਨ ਅੱਲਾਹ ਦੀ